ਦੇ ਸਮੇਂ ਦੌਰਾਨ ਦੇ ਕੋ ਜਿਹੜਾ ਕੈਪਟਨ ਅਮਰਿੰਦਰ ਨੇ ਸਾਡੀਆਂ ਟਰੱਕ ਜਿਹੜੀਆਂ ਭੰਗ ਕੀਤੀਆਂ ਨੇ ਪੂਰੇ ਪੰਜਾਬ ਚ 134 ਟਰੱਕ ਜਿਹਨੇ ਨੇ ਜਿਹਦੇ ਤੇ 90000 ਟਰੱਕ ਤੁਸੀਂ ਅੱਜ ਉਹ ਟਰੱਕ 90000 ਤੋਂ ਵੇਖ ਕੇ 65000 ਰਹਿ ਗਿਆ ਜਿਹਦੇ ਕਰ ਜਿਹੜਾ ਸਾਡਾ ਨੁਕਸਾਨ ਹੈ ਅਸੀਂ ਆਪ ਦੇ ਆਪ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਨੇ ਅਸੀਂ ਸਰਕਾਰ ਤੋਂ ਕੁਝ ਨਹੀਂ ਲੈਂਦੇ ਸਰਕਾਰ ਉਲਟਾ ਸਾਡੇ ਤੇ ठेकेदार ਸੌਂਪਦੀ ਹੈ ਜੋ ਸਾਡੀਆਂ ਯੂਨੀਅਨਾਂ ਭੰਗ ਕੀਤੀਆਂ ਗਈਆਂ ਸੀ ਉਹਨਾਂ ਦੀ ਬਹਾਲੀ ਕੀਤੀ ਜਾਵੇ ਪੰਗ ਹੋਣ ਤੋਂ ਪਹਿਲਾਂ ਜੋ ਸਾਡਾ ਇੱਜ਼ਤ ਸੀ ਸਾਡੀ ਉਹ ਬਹੁਤ ਹੀ ਵਧੀਆ ਸੀਗੀ ਪੰਗ ਹੋਣ ਤੋਂ ਬਾਅਦ ਹਰੇਕ ਬੰਦੇ ਇਹ ਚੀਜ਼ ਹਰੇਕ ਦੇ ਗੱਲ ਆਈ ਆ ਗਈ ਵੀ ਤੁਹਾਡੀਆਂ ਯੂਨੀਅਨਾਂ ਟੁੱਟੀਆਂ ਹੋਈਆਂ ਨੇ ਜਦੋਂ ਤੋਂ ਚੰਨੀ ਸਰਕਾਰ ਬਣੀ ਉਹ ਦਿਨ ਤੋਂ ਸਾਡੀਆਂ ਸਾਡੇ ਜਿਹੜੇ ਟਰੱਕ ਆਪਰੇਟਰ ਭਰਾ ਨੇ ਉਹਨਾਂ ਨੂੰ ਇੱਕ ਜਨੂਨ ਜਿਹਾ ਹੋ ਗਿਆ ਦੀ ਵੀ ਹੋ ਸਕਦਾ ਸਾਡੇ ਤੇ ਵੀ ਕਿਰਪਾ ਵਾਹਿਗੁਰੂ ਕਰਨਾ ਸਰਕਾਰ ਨੂੰ ਚੰਨੀ ਸਾਹਿਬ ਨੂੰ ਬੜਿੰਗ ਸਾਹਿਬ ਨੂੰ ਅਪੀਲ ਕਰਦਾ ਵੀ ਜਿਹੜੀਆਂ ਸਾਡੀਆਂ ਟਰੱਕ ਜਿਹੜੀਆਂ ਬਹਾਲ ਕੀਤੀਆਂ ਜਾਂ ਤਾਂ ਜੋ ਜਿਹੜੇ ਸਾਡੇ ਬੱਚੇ ਨੇ ਉਹ ਆਪਣੇ ਪੇਟ ਰੱਜ ਕੇ ਰੋਟੀ ਖਾ ਸਕਣ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਜਿਉਂ-ਜਿਉਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤਿਉਂ-ਤਿਉਂ ਜੋ ਵੀ ਮੰਗਾ ਨੇ ਚਾਹੇ ਉਹ ਠੇਕੇਦਾਰੀ ਸਿਸਟਮ ਵਾਲੇ ਮੁਲਾਜ਼ਮਾਂ ਦੀਆਂ ਨੇ ਹਰ ਇੱਕ ਮੰਗਾ ਨੂੰ ਲੈ ਕੇ ਹਰ ਇੱਕ ਮੁਲਾਜ਼ਮ ਲਾ ਲੋ ਜਿਨ੍ਹਾਂ ਦੀਆਂ ਜਿਹੜੀਆਂ ਵੀ ਲੋੜਾਂ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਲੋਕਾਂ ਨੂੰ ਵੀ ਪਤਾ ਕਿ ਜਦੋਂ ਸਰਕਾਰ ਬਣਨੀ ਹੁੰਦੀ ਆ ਜਦੋਂ ਚੋਣਾਂ ਆਉਣੀਆਂ ਹੁੰਦੀਆਂ ਨੇ ਤਾਂ ਕਿਤੇ ਨਾ ਕਿਤੇ ਜੇ ਗੱਲਬਾਤ ਕਰੀਏ ਤਾਂ ਜੋ ਸਰਕਾਰਾਂ ਨੇ ਉਹ ਵਾਅਦੇ ਪੂਰੇ ਕਰਦੀਆਂ ਨੇ ਉਦੋਂ ਵਾਅਦੇ ਪੂਰੇ ਹੁੰਦੇ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਜਦੋਂ ਮੁੱਖ ਮੰਤਰੀ ਬਣੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੀ ਤਾਂ ਅਨੁਸਾਰ ਪੰਜਾਬ 'ਚ ਪੂਰੇ ਟਰੱਕ ਯੂਨੀਅਨਾਂ ਜੋ ਬਹਾਲ ਸੀ ਪਹਿਲਾਂ ਬਣੀਆਂ ਹੋਈਆਂ ਸੀ ਉਹਨਾਂ ਨੂੰ ਉਹਨਾਂ ਦੀਆਂ ਯੂਨੀਅਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਰੋਸ ਸੀ ਟਰੱਕ ਯੂਨੀਅਨ ਦੇ ਆਗੂਆਂ ਦਾ ਕਿ ਕਿਉਂ ਰੱਦ ਕੀਤੀਆਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜਿੱਥੇ ਹੁਣ ਮੰਗਾਂ ਦੂਜੀਆਂ ਮਨਾਈਆਂ ਜਾ ਰਹੀਆਂ ਨੇ ਜਾਂ ਹੋਰ ਮੁਲਾਜ਼ਮ ਆਪਣੀਆਂ ਜੋ ਵੀ ਮੰਗਾਂ ਨੇ ਉਹ ਕਹਿ ਰਹੇ ਨੇ ਉੱਥੇ ਟਰੱਕ ਯੂਨੀਅਨਾਂ ਵੀ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਮੰਗ ਪੱਤਰ ਦੇ ਰਹੇ ਨੇ ਕਿ ਜੋ ਵੀ ਪੰਜਾਬ ਵਿੱਚ ਟਰੱਕ ਯੂਨੀਅਨਾਂ ਬਣੀਆਂ ਹੋਈਆਂ ਸੀ ਭੰਗ ਕੀਤੀਆਂ ਨੇ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜ਼ਿਲ੍ਹਾ ਸੰਗਰੂਰ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਜੀ ਮੌਜੂਦ ਨੇ ਵਿਪਨ ਜੀ ਅੱਜ ਕੀ ਕੀ ਮੰਗਾਂ ਪ੍ਰਤੀ ਤੁਸੀਂ ਇੱਥੇ ਯੂਨੀਅਨ ਚ ਇਕੱਠ ਕੀਤਾ ਤੇ ਮੇਨ ਤੁਹਾਡੀ ਪੰਜਾਬ ਲੋਬੀ ਦੀ ਕੀ ਗੱਲਬਾਤ ਚੱਲ ਰਹੀ ਹੈ ਸਾਡੀ ਸਭ ਤੋਂ ਪਹਿਲਾਂ ਮੰਗ ਇਹੀ ਹੈ ਜੋ ਸਾਡੀਆਂ ਯੂਨੀਅਨਾਂ ਭੰਗ ਕੀਤੀਆਂ ਗਈਆਂ ਸੀ ਉਹਨਾਂ ਦੀ ਬਹਾਲੀ ਕੀਤੀ ਜਾਵੇ ਇਸ ਵਿਸ਼ੇ ਤੇ ਸਾਡੀ ਸਾਡੇ ਟਰਾਂਸਪੋਰਟ ਮੰਤਰੀ ਰਾਜਾ ਵਡਿੰਗ ਜੀ ਨਾਲ ਬਹੁਤ ਵਿਸਤਾਰ ਨਾਲ ਬੈਠ ਕੇ ਚਰਚਾ ਹੋਈ ਤੇ ਉਹਨਾਂ ਨੂੰ ਅਸੀਂ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਮੈਂ ਬਹੁਤ ਹੀ ਜਲਦੀ ਸਾਡੇ ਮੁੱਖ ਮੰਤਰੀ ਸਾਹਿਬ ਚਰਨਜੀਤ ਸਿੰਘ ਚੰਨੀ ਜੀ ਨਾਲ ਇਸ ਵਿਸ਼ੇ ਤੇ ਗੱਲ ਕਰਕੇ ਤੁਹਾਨੂੰ ਪੂਰਨ ਵਿਸ਼ਵਾਸ ਦਿਵਾਉਣਾ ਕਿ ਬਹੁਤ ਜਲਦੀ ਮੈਂ ਇਸ ਯੂਨੀਅਨਾਂ ਦਾ ਬਹਾਲੀ ਦਾ ਹੁਕਮ ਕਰੂੰਗਾ ਵੈਸੇ ਪ੍ਰਧਾਨ ਜੀ ਜੇ ਗੱਲਬਾਤ ਕਰੀਏ ਜਦੋਂ ਯੂਨੀਅਨਾਂ ਭੰਗ ਹੋਈਆਂ ਭੰਗ ਹੋਣ ਨਾਲ ਕੀ ਨੁਕਸਾਨ ਹੋਇਆ ਆਪਰੇਟਰਾਂ ਦਾ ਤੇ ਭੰਗ ਤੋਂ ਪਹਿਲਾਂ ਕੀ ਸਹੀ ਲੱਗਦਾ ਸੀ ਕੀ ਤੁਹਾਨੂੰ ਲੱਗਦਾ ਹੈ ਭੰਗ ਹੋਣ ਤੋਂ ਪਹਿਲਾਂ ਜੋ ਸਾਡਾ ਇੱਜ਼ਤ ਸੀ ਸਾਡੀ ਉਹ ਬਹੁਤ ਹੀ ਵਧੀਆ ਸੀਗੀ ਭੰਗ ਹੋਣ ਤੋਂ ਬਾਅਦ ਹਰੇਕ ਬੰਦੇ ਇਹ ਚੀਜ਼ ਹਰੇਕ ਦੇ ਗੱਲ ਆ ਗਈ ਵੀ ਤੁਹਾਡੀਆਂ ਯੂਨੀਅਨਾਂ ਟੁੱਟੀਆਂ ਹੋਈਆਂ ਨੇ ਪਰ ਸਾਨੂੰ ਅੱਜ ਵੀ ਅਸੀਂ ਸਾਇਦਾ 50 ਸਾਲ ਤੋਂ ਇਹ ਅਦਾਰਾ ਚੱਲਦਾ ਆ ਰਿਹਾ ਹੈ ਹਰੇਕ ਸਮਾਜ ਸੇਵੀ ਕੰਮ ਚ ਕਿਸੇ ਦੇ ਵਿਆਹ ਗਰੀਬਾਂ ਦੇ ਕੋਈ ਵੀ ਕਿਸੇ ਦੀ ਲੋੜ ਪ੍ਰਤੀ ਅਸੀਂ ਆਪਣਾ ਜਿੰਨਾ ਵੀ ਯੋਗਦਾਨ ਹਰੇਕ ਕੰਮ ਚ ਪਹਿਲਾਂ ਵੀ ਪਾਉਂਦੇ ਆਏ ਆ ਅੱਜ ਵੀ ਉਸੇ ਤਰ੍ਹਾਂ ਪਾਉਂਦੇ ਆ ਰਹੇ ਹਾਂ ਬਿਲਕੁਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੁਨੀਆ ਭੰਗ ਕੀਤੀਆਂ ਕੀ ਲੱਗਦਾ ਤੁਹਾਨੂੰ ਕੀ ਸਰਕਾਰ ਨੂੰ ਭੰਗ ਕਰਨ ਨਾਲ ਕੀ ਫਾਇਦਾ ਹੋਇਆ 1% ਵੀ ਫਾਇਦਾ ਨਹੀਂ ਹੋਇਆ ਉਹਨਾਂ ਨੂੰ ਇਹ ਜਿਚਾਇਆ ਗਿਆ ਸੀ ਵੀ ਪਤਾ ਨਹੀਂ ਕਿੰਨੇ ਕਿ ਇੰਡਸਟਰੀ ਬਾਹਰੋਂ ਆ ਜੂ ਕਿੰਨੇ ਕ ਜਿਹੜੀ ਇੰਡਸਟਰੀ ਹੋ ਰਹੀ ਐ ਉਹ ਹੋਰ ਵੀ ਜ਼ਿਆਦਾ ਹੋ ਜੂ ਪਰ ਇੰਡਸਟਰੀ ਨਾਲ ਸਾਡਾ ਇਨਾ ਭਾਈਚਾਰਕ ਐ ਸਾਡਾ ਪੈਪਸੀ ਨਾਲ ਇਨਾ ਜ਼ਿਆਦਾ ਇਧਰ ਇੰਡੀਅਨ ਅਕ੍ਰੀਲਿਕ ਆ ਉਹਨਾਂ ਨਾਲ ਸਾਡੀ ਇੰਨੀ ਸਾਂਝ ਐ ਕਿ ਅਸੀਂ ਦੋਨੋਂ ਫੈਕਟਰੀਆਂ ਨਾਲ ਸਾਡਾ ਭਾਈਚਾਰਕ ਬਹੁਤ ਵਧੀਆ ਸਾਂਝ ਪਹਿਲਾਂ ਵੀ ਸੀ ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਐ ਬਿਲਕੁਲ ਜੀ ਸੋ ਗੱਲ ਸਾਹਮਣੇ ਇਹੀ ਆ ਰਹੀ ਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਸਾਰੀਆਂ ਜੂਨੀਅਨਾਂ ਭੰਗ ਕਰ ਦਿੱਤੀਆਂ ਸਨ ਜੋ ਟਰੱਕ ਜੂਨੀਅਨ ਨੇ ਉਹ ਭੰਗ ਹੋ ਗਈਆਂ ਸਨ ਪਰ ਪ੍ਰਧਾਨ ਦਾ ਕਹਿਣਾ ਕਿ ਲਗਾਤਾਰ ਜੋ ਜੂਨੀਅਨਾਂ ਭੰਗ ਕੀਤੀਆਂ ਉਸ ਤੋਂ ਬਾਅਦ ਵੀ ਕੋਈ ਸਰਕਾਰ ਨੂੰ ਫਾਇਦਾ ਨਹੀਂ ਹੋਇਆ ਸਾਡੀਆਂ ਜੂਨੀਅਨਾਂ ਨੂੰ ਬਹਾਲ ਕੀਤਾ ਜਾਵੇ ਸੋ ਸਾਬਕਾ ਟਰੱਕ ਜੂਨੀਅਨਾਂ ਪ੍ਰਧਾਨ ਗੁਰਤੇਜ ਸਿੰਘ ਝਨੇੜੀ ਮੌਜੂਦ ਨੇ ਝਨੇੜੀ ਸਾਹਿਬ ਕਿੰਨਾ ਕਿੰਨਾਂ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ ਤੱਕ ਵੀ ਤੁਸੀਂ ਗੱਲ ਪਹੁੰਚਾਤੀ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਸਬੂਚੀ ਸੰਗਤ ਨੂੰ ਤੁਹਾਡੇ ਪੰਜਾਬੀ ਲੋਕ ਚੈਨਲ ਦੇ ਜਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੋ ਜਦੋਂ ਤੋਂ ਚੰਨੀ ਸਰਕਾਰ ਬਣੀ ਉਸ ਦਿਨ ਤੋਂ ਸਾਡੀਆਂ ਸਾਡੇ ਜਿਹੜੇ ਟਰੱਕ ਆਪਰੇਟਰ ਭਰਾ ਨੇ ਉਹਨਾਂ ਨੂੰ ਇੱਕ ਜਨੂਨ ਜਿਹਾ ਹੋ ਗਿਆ ਦੀ ਵੀ ਹੋ ਸਕਦਾ ਹੈ ਸਾਡੇ ਤੇ ਵੀ ਕਿਰਪਾ ਵਾਹਿਗੁਰੂ ਕਰ ਦੇ ਕਿਉਂਕਿ ਬਾਬੇ ਨਾਨਕ ਦੀ ਸ੍ਰੀ ਗੁਰੂ ਤੇਗ ਬਹਾਦਰ ਦੀ ਸਾਡੇ ਟਰੱਕ ਜੂਨ ਤੇ ਹਮੇਸ਼ਾ ਮਿਹਰ ਰਹੀ ਹੈ ਵੀ ਸਾਡੇ ਤੇ ਮਿਹਰ ਹੋਊਗੀ ਉਹਦੇ ਸਬੰਧ ਵਿੱਚ ਪਿਛਲੇ ਦਿਨੀ ਜਦੋਂ ਰਾਜਾ ਬੜਿੰਗ ਜੀ ਜਿਹੜੇ ਕੈਬਨਰਲ ਮੈਨਿਸਟਰ ਨੇ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਨੂੰ ਮਿਲ ਲਈ ਸ੍ਰੀ ਵਿਪਨ ਕੁਮਾਰ ਸ਼ਰਮਾ ਜੀ ਦੇ ਇੱਕ ਰਿਸ਼ਤੇਦਾਰ ਨੇ ਜਿਹੜੇ ਉਹਨਾਂ ਦੇ ਓਐਸਡੀ ਨੇ ਵਿਪਨ ਕੁਮਾਰ ਨੇ ਉਹਨਾਂ ਦੇ ਉਹਨਾਂ ਦੇ ਜਰੀਏ ਅਸੀਂ ਉਹਨਾਂ ਤੋਂ ਟਾਈਮ ਲਿੱਤਾ ਪ੍ਰਧਾਨ ਜੀ ਹਰੋਣੇ ਉਸ ਦੇ ਟਾਈਮ ਦੇ ਕੇ ਉਸ ਦਿਨ ਅਸੀਂ ਮਿਲ ਕੇ ਆਏ ਉਹਨਾਂ ਨੂੰ ਉਹਨਾਂ ਨੂੰ ਅਸੀਂ ਆਪਦੀਆਂ ਜਿਹੜੀਆਂ ਮੰਗਾਂ ਦਸੀਆਂ ਮੇਨ ਮੰਗ ਸਾਡੀ ਟਰੱਕੀ ਨੂੰ ਬਹਾਲੀ ਦੀ ਹੈ ਦੂਜੇ ਨੰਬਰ ਦੇ ਜਿਹੜੇ ਕਰੋਨਾ ਕਾਲ ਦੌਰਾਨ ਸਾਡੇ ਟੈਕਸ ਟੁੱਟੇ ਨੇ ਮਾਫ ਕਰਨ ਸਮੂਚੀ ਉਸ ਨੂੰ ਕਾਰੋਬਾਰ ਵਾਲਿਆਂ ਨੂੰ ਮਾਫ ਕੀਤਾ ਵੀ ਸਾਨੂੰ ਵੀ ਮਾਫ ਕੀਤੇ ਜਾਣ ਸਾਡੇ ਪਿਛਲੇ ਟਰੱਕ ਟੈਕਸ ਟ ਮਾਫ ਕੀਤੇ ਜਾਣਾ ਨਹੀਂ ਵੈਸੇ ਵੈਸੇ ਕਰੋਨਾ ਕਾਲ ਕਰੋਨਾ ਕਾਲ ਦੀ ਪ੍ਰਧਾਨ ਜੀ ਗੱਲ ਕਰੀਏ ਤਾਂ ਕੋਈ ਟੈਕਸ ਮਾਫ ਨਹੀਂ ਕੀਤਾ ਟਰੱਕਾਂ ਨੂੰ ਕੋਈ ਟੈਕਸ ਕਿਸੇ ਨੇ ਕੋਈ ਮਾਫ ਨਹੀਂ ਕੀਤਾ ਜੀ ਤੇ ਉਹਨਾਂ ਨੇ ਮੰਨ ਲਓ ਪਿਛਲੇ ਟੈਕਸ ਮਾਫ ਕਰ ਕਰ ਜਰਮਾਨੇ ਮਾਫ ਕਰਨ ਲਈ ਓਵਰਲੋਡ ਲਈ ਜਿਹੜੀਆਂ ਅਸੀਂ ਸਾਡੀਆਂ ਮੇਨ ਮੰਗਾਂ ਦੀ ਅਸੀਂ ਉਹਨਾਂ ਨੂੰ ਦੇ ਕੇ ਆਏ ਤੇ ਉਹਨਾਂ ਨੇ ਸਾਨੂੰ ਬੜਾ ਵਧੀਆ ਵਿਸ਼ਵਾਸਤਵਾਇਆ ਉਸ ਦਿਨ ਉਹਨਾਂ ਨੇ ਕਿਹਾ ਵੀ ਜਿਹੜੀਆਂ ਮੰਗਾਂ ਉਹਨਾਂ ਨੇ ਮੰਨਣ ਵਾਲੀਆਂ ਦੇ ਵੀ ਮੈਂ ਮੈਨੂੰ ਜਿਹੜੀ ਗੱਲ ਟਰੱਕ ਜੂਨ ਦੀ ਬਹਾਲੀ ਲਈ ਹੈ ਵੀ ਮੈਂ ਸੀਐਮ ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਦੁਬਾਰੇ ਟਾਈਮ ਦੇਵਾਂਗੇ ਸੀਐਮ ਸਾਹਿਬ ਨਾਲ ਉਹਨਾਂ ਨੇ ਗੱਲ ਕਰਕੇ ਦੁਬਾਰੇ ਟਾਈਮ ਦਿੱਤਾ ਜੀ ਉਸ ਦਿਨ ਹੈਪੀ ਸੰਧੂ ਜੀ ਗਏ ਤੇ ਉਹਦੇ ਨਾਲ ਹੋਰ ਪ੍ਰਧਾਨ ਤੇ ਉਹਨਾਂ ਨੂੰ ਮਿਲ ਕੇ ਉਹਨਾਂ ਨੇ ਟਾਈਮ ਦਿੱਤਾ ਵੀ ਅਸੀਂ ਜ਼ਰੂਰ ਬਹਾਲ ਕਰਾਂਗੇ ਇਸ ਕਰਕੇ ਅਸੀਂ ਸਮੁੱਚੀ ਸੰਗਤ ਜੇ ਆਪਣੀਆਂ ਗੱਲਾਂ ਕਰਦੇ ਆ ਪਿਛਲੇ ਸਮੇਂ ਮੁੰਡੇ ਪੂਰੇ ਪੰਜਾਬ ਚ 134 ਟਰੱਕ ਜੁਨੇ ਨੇ ਜਿਹਦੇ ਤੇ 90000 ਟਰੱਕ ਸੀ ਅੱਜ ਉਹ ਟਰੱਕ 90000 ਤੋਂ ਵਿਕ ਕੇ 65000 ਰਹਿ ਗਿਆ ਜਿਹਦੇ ਕਰ ਜਿਹੜਾ ਸਾਡਾ ਨੁਕਸਾਨ ਹੈ ਅਸੀਂ ਆਪ ਦੇ ਆਪ ਔਰ ਜਗਾਰ ਦੇ ਸਾਧਨ ਪੈਦਾ ਕੀਤੇ ਨੇ ਅਸੀਂ ਸਰਕਾਰ ਤੋਂ ਕੁਝ ਨਹੀਂ ਲੈਂਦੇ ਸਰਕਾਰ ਉਲਟਾ ਸਾਡੇ ਤੇ ਠੇਕੇਦਾਰ ਸੌਪਦੀ ਹੈ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਵੀ ਸਾਡੇ ਠੇਕੇਦਾਰੀ ਸਿਸਟਮ ਵੀ ਬੰਦ ਕੀਤਾ ਜਾਵੇ ਜਿਹੜੇ ਟੋਆ ਟੋਈ ਦੇ ਟੈਂਡਰ ਨੇ ਜਾਂ ਕੋਈ ਵੀ ਕਿਸੇ ਦੇ ਟੈਂਡਰ ਨੇ ਜੇ ਲੇਬਰ ਦਾ ਲੇਬਰ ਨੂੰ ਦਿੱਤੇ ਜਾਣ ਤੋ 28 ਦੇ ਟੈਂਡਰ ਸਾਨੂੰ ਦਿੱਤੇ ਜਾਂਦੇ ਕਿ ਸਾਡੇ ਵੀ ਟਰੱਕ ਨੇ ਠੇਕੇਦਾਰ ਉਹ ਨੇ ਜਿਹਨੇ ਨਾ ਮੋਟਰਸਾਈਕਲ ਵੀ ਨਹੀਂ ਹੁੰਦਾ ਉਹ ਠੇਕੇਦਾਰ ਬਣੇ ਉਹਨਾਂ ਨੇ ਕਿੱਥੋਂ ਸਾਡੇ ਤੋਂ ਟਮਾਲਟ ਹੋਣਾ ਹੈ ਸਾਡੇ ਜਵਾਕਾਂ ਦੀ ਰੋਟੀ ਖੋ ਕੇ ਉਹ ਠੇਕੇਦਾਰ ਲੈ ਕੇ ਜਾਂਦੇ ਨੇ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰੀ ਹੈ ਕੀਤੀ ਹੈ ਉਹ ਸਾਨੂੰ ਉਹਨਾਂ ਨੇ ਵਿਸ਼ਵਾਸ ਦਵਾਏ ਉਸੇ ਕਰਕੇ ਅਸੀਂ ਅੱਜ ਫਿਰ ਸੰਗਤ ਨੂੰ ਬੇਨਤੀ ਕੀਤੀ ਅਪੀਲ ਕਰਦਿਆ ਸੀ ਤੁਹਾਡੇ ਜਰੀਏ ਸਰਕਾਰ ਨੂੰ ਚੰਨੀ ਸਾਹਿਬ ਨੂੰ ਬੜਿੰਗ ਸਾਹਿਬ ਨੂੰ ਅਪੀਲ ਕਰਦਿਆ ਵੀ ਜਿਹੜੀਆਂ ਸਾਡੀਆਂ ਟਰੱਕ ਜਿਹੜੀਆਂ ਬਹਾਲ ਕੀਤੀਆਂ ਜਾਂ ਤਾਂ ਜੋ ਜਿਹੜੇ ਸਾਡੇ ਬੱਚੇ ਨੇ ਉਹ ਆਪਦੇ ਪੇਟ ਰੱਜ ਕੇ ਰੋਟੀ ਖਾ ਸਕਣਾ ਪਿਛਲੇ ਦਿਨੀ ਇਸੇ ਗੱਲ ਇਸ ਸਬੰਧ ਵਿੱਚ ਸਰਦ ਸੁਖਦੇਵ ਸਿੰਘ ਢੀਂਡਾ ਸਾਹਿਬ ਨਾਲ ਮੇਰੀ ਵੀ ਗੱਲ ਹੋਈ ਸੀ ਉਹਨਾਂ ਨੇ ਵੀ ਸਾਨੂੰ ਬਸ਼ਵਾਦ ਵੀ ਆਉਣ ਵਾਲੀ ਕਿਤੇ ਸਰਕਾਰ ਅਸੀਂ ਬਹਾਲ ਕੀਤਾਗੇ ਲੇਕਿਨ ਸਾਨੂੰ ਹੁਣ ਆਸ ਹੈ ਵੀ ਇਹ ਹੋਊਗੀ ਅਸੀਂ ਮੈਂ ਪਿਛਲੇ ਦਿਨੀ ਢੀਂਡਾ ਸਾਹਿਬ ਤੋਂ ਚਿੱਠੀ ਵੀ ਲਕਾਈ ਹੈ ਚੰਨੀ ਜੀ ਨੂੰ ਵੀ ਜਿਹੜੀਆਂ ਟਰੱਕ ਜਿਹੜਾ ਬਹਾਲ ਕੀਤੇ ਜਾਣ ਤੇ ਵੈਸੇ 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 ਚ ਨੇੜੀ ਸਾਹਿਬ ਜੇ ਗੱਲਬਾਤ ਕਰੀ ਤੁਸੀਂ ਕਿਹਾ ਕਿ 65000 ਟਰੱਕ ਵਿਕ ਗਿਆ ਇਹ ਆਰਥਿਕ ਸੰਕਟ 65 ਰਹਿ ਗਿਆ ਚਲੋ ਆਰਥਿਕ ਸੰਕਟ ਕਿਉਂ ਆਇਆ ਟਰੱਕ ਆਪਰੇਟਰਾਂ ਦੇ ਕਾਰਨ ਕੀ ਲੱਗਦਾ ਤੁਹਾਨੂੰ ਦੇ ਉਹਨਾਂ ਦਾ ਇਕੱਲਾ ਸੀਜ਼ਨ ਲੱਗਦਾ ਹੁੰਦਾ ਸੀ ਸੀਜ਼ਨ ਲਾਉਣ ਵਾਲੇ ਦੇ ਵਿਚਾਰੇ ਗਰੀਬ ਆਦਮੀ ਉਹ ਜਦੋਂ ਸੀਜ਼ਨ 7 ਤੋਂ ਖੋਲਿਆ ਠੇਕੇਦਾਰ ਨੂੰ ਵਿਘਾੜਾ ਨੂੰ ਦੇਤਾ ਉਹ ਵਿਚਾਰੇ ਕਿੱਥੇ ਲਾਉਣ ਕਿਉਂਕਿ ਜਿਹੜੇ ਪੁਰਾਣਾ ਮਾਡਲ ਟਰੱਕ ਨੇ ਅੱਜ ਚੱਲ ਰਹੇ ਨੇ ਸਾਡੀ ਕਿਰਪਾ ਔਰ ਇਹ ਤਾਂ ਵਾਹਿਗੁਰੂ ਦੀ ਕਿਰਪਾ ਹੈ ਪੈਪਸੀ ਤੇ ਸਾਡੇ ਦੇ ਪਾਸ ਅਸੀਂ ਤਾਂ ਪੈਪਸੀ ਲਈ ਸਾਡੇ ਲਈ ਤਾਂ ਪੈਪਸੀ ਜਿਹੜੀ ਸਾਡੇ ਲਈ ਆਪਦਾ ਰਜਕਾਰ ਦਾ ਅਸੀਂ ਰੱਬ ਹੈ ਸਾਡੇ ਆਪਰੇਟਰ ਨੇ ਜਿਹੜੇ ਜਦੋਂ ਕੋਈ ਪੈਪਸੀ ਮੂਰਦੀ ਲੰਘਦਾ ਉਹਨੂੰ ਨਮਸਕਾਰ ਕਰਕੇ ਲੱਗਦੇ ਨੇ ਉਹਦੇ ਕਰਕੇ ਸਾਡੇ ਤੇ ਕਿਰਪਾ ਬਾਕੀ ਜੂਨੀਅਨ ਦਾ ਬਹੁਤ ਬੁਰਾ ਹਾਲ ਹੈ ਜਿੱਥੇ ਕੰਮੇ ਨਹੀਂ ਰਿਹਾ ਜੀ ਕਿਉਂਕਿ ਆਪੋ ਆਪ ਦੇ ਵਪਾਰੀਆਂ ਨੇ ਜਿਹੜੇ ਨਿੱਜੀ ਇਫੈਕਟਿਵ ਨੇ ਆਪਦੇ ਟਰੱਕ ਪਾ ਲਏ ਕਿੱਥੇ ਠੇਕੇ ਠੇਕੇਦਾਰੀ ਸਿਸਟਮ ਨੂੰ ਨੁਕਸਾਨ ਕੀਤਾ ਟਰੱਕ ਸਿਸਟਮ ਨੂੰ ਨੁਕਸਾਨ ਕੀਤਾ ਬਹੁਤ ਜ਼ਿਆਦਾ ਪਿਛਲੇ ਸਮੇਂ ਦਾ ਠੇਕੇਦਾਰ ਜਿੰਨੇ ਆ ਕੇ ਜਿਹੜੇ ਸਾਡੇ ਰੇਟ ਬਹੁਤ ਕੱਟ ਗਏ ਸਾਡੇ ਧੂਰੀ ਸਨਾਮ ਇਹ ਜੇ ਲੋਕਾਂ ਨੂੰ 35 35 ਨਾਲ ਦਿੱਤੇ ਨਾ ਕਰੋੜਾ ਰੁਪਿਆ ਜਿਹੜਾ ਠੇਕੇਦਾਰ ਬਚਾਲੇ ਬਚੋਲੇ ਖਾ ਰਹੇ ਨੇ ਸਰਕਾਰ ਤੋਂ ਪੂਰਾ ਜਾ ਰਿਹਾ ਹੈ ਲੇਕਿਨ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਟੈਕਨੀਕ ਨਿਬਹਾਹ ਕਰਕੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਸਾਨੂੰ ਇਹ ਕੰਮ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੀ ਗਾਰੰਟੀ ਨਾਲ ਕੰਮ ਕਰਦੇ ਹਾਂ ਹਾਂ ਇਸ ਕਰਕੇ ਮੈਂ ਸਵੇਰ ਬੇਨਤੀ ਕਰਦਾ ਸਮੁੱਚੀ ਸਰਕਾਰ ਨੂੰ ਸਰਕਾਰ ਦੇ ਸਮੂਹ ਕੈਬਨਟ ਮੰਤਰੀ ਨੂੰ ਅਸੀਂ ਵਿਸ਼ੇਸ਼ ਤੌਰ ਤੇ ਬੇਨਤੀ ਕਰਦੇ ਵਿਜੇਂਦਰ ਸਿੰਘਲਾ ਜੀ ਨੂੰ ਕਿਉਂਕਿ ਸਾਡੇ ਤਕਰੀਬਨ ਮਾਲਵੇ ਚ ਜਿਹਨਾਂ ਸਾਡੇ ਸੰਗਰੂਰ ਤੇ ਜੂਨੀਅਰਾਂ ਨੇ ਇਸ ਕਰਕੇ ਸਾਡਾ ਸਨੇਹਾ ਜਿਹੜਾ ਪਿਛਲੇ ਦਿਨੀ ਵੀ ਉਹਨਾਂ ਨੂੰ ਲੈ ਕੇ ਮੰਤਰੀ ਮੁੱਖ ਮੰਤਰੀ ਸਾਹਿਬ ਤੋਂ ਸਾਡੀਆਂ ਟਰੱਕ ਜੀ ਨੂੰ ਬਹਾਲ ਕਰਾਉਣ ਬਿਲਕੁਲ ਜੀ ਬਿਲਕੁਲ ਸੋ ਟਰੱਕ ਆਪਰੇਟਰਾਂ ਦਾ ਟਰੱਕ ਯੂਨੀਅਨ ਦਾ ਪੂਰੇ ਪੰਜਾਬ ਦੀਆਂ ਦੀ ਇਹੀ ਮੰਗਾਂ ਕਿ ਜੋ ਵੀ ਟਰੱਕ ਯੂਨੀਅਨਾਂ ਆ ਪੰਗ ਕੀਤੀਆਂ ਸਨ ਉਹ ਬਹਾਲ ਕੀਤੀਆਂ ਜਾਣ ਕਿਉਂਕਿ ਪੰਗ ਹੋਣ ਤੋਂ ਬਾਅਦ ਵੱਡਾ ਨੁਕਸਾਨ ਹੋਇਆ ਟਰੱਕ ਆਪਰੇਟਰਾਂ ਦਾ ਠੇਕੇਦਾਰੀ ਸਿਸਟਮ ਆਇਆ ਟਰੱਕ ਆਪਰੇਟਰਾਂ ਨੂੰ ਉਹਨੇ ਰੇਟ ਨਹੀਂ ਮਿਲੇ ਠੇਕੇਦਾਰੀ ਸਿਸਟਮ ਨਾਲ ਵੱਡਾ ਨੁਕਸਾਨ ਹੋਇਆ ਜਿਸ ਕਾਰਨ ਟਰੱਕ ਆਪਰੇਟਰਾਂ ਨੂੰ ਟਰੱਕ ਵੇਚਣ ਲਈ ਮਜਬੂਰ ਹੋਣਾ ਪਿਆ ਸਾਡਾ ਸਾਬਕਾ ਪ੍ਰਧਾਨ ਜਗਮਜੀਤ ਸਿੰਘ ਭੋਲਾ ਬਲਿਆਲ ਨੇ ਬਲਿਆਲ ਸਾਹਿਬ ਤੁਸੀਂ ਕੈਬਨਿਟ ਮੰਤਰੀ ਸਿੰਘਲਾ ਸਾਹਿਬ ਨੂੰ ਵੀ ਮਿਲਿਓ ਕੀ ਕੀ ਮੰਗਾਂ ਰੱਖੀਆਂ ਕੀ ਕੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੀ ਸਾਡੀ ਆਵਾਜ਼ ਉੱਪਰ ਤੱਕ ਸੀਐਮ ਤੱਕ ਪਹੁੰਚਾਉਣਗੇ ਅਸੀਂ ਮੰਤਰੀ ਸਿੰਘਲਾ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਵੀ ਸਾਨੂੰ ਬਹੁਤ ਵਿਸ਼ਵਾਸ ਦਿਵਾਇਆ ਕਿਉਂਕਿ ਅਸੀਂ ਦੇਖ ਰਹੇ ਸੀ ਵੀ ਸੀਐਮ ਸਾਹਿਬ ਹਰੇਕ ਦੀਆਂ ਮੰਗਾਂ ਪੂਰੀਆਂ ਕਰ ਰਹੇ ਨੇ ਸਾਨੂੰ ਵੀ ਹੋਇਆ ਵੀ ਅਸੀਂ ਵੀ ਆ ਕੇ ਆ ਜਾ ਕੇ ਆਪਣੀ ਮੰਗ ਰੱਖੀਏ ਤਾਂ ਅਸੀਂ ਉੱਥੇ ਮੰਗ ਪੱਤਰ ਦਿੱਤਾ ਉਹਨਾਂ ਨੂੰ ਇੱਕ ਤਾਂ ਟਰੱਕ ਜੀ ਨੇ ਬਹਾਲ ਕਰਨ ਦਾ ਤੇ ਇੱਕ ਪੰਜਾਬ ਦੇ ਜੋ ਟੈਕਸ ਨੇ ਕਰੋਨਾ ਮਹਾਮਾਰੀ ਚ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ 2 ਸਾਲ ਦੇ ਟੈਕਸ ਅਸੀਂ ਮਾਫ਼ ਕਰਵਾਵਾਂਗੇ ਤੇ ਟਰੱਕ ਯੂਨੀਅਨ ਸਾਡੇ ਹੁੰਦੇ ਮਤਲਬ ਕਿ ਫੋਨ ਲਾ ਕੇ ਰਾਜਾ ਬੜਿੰਗਨਾ ਨਾਲ ਗੱਲ ਕੀਤੀ ਵੀ ਟਰੱਕ ਯੂਨੀਅਨ ਵੀ ਅਸੀਂ ਬਹਾਲ ਕਰਾਵਾਂਗੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਸਾਨੂੰ ਵਿਸ਼ਵਾਸ ਵੀ ਹੈ ਮੰਤਰੀ ਸਾਹਿਬ ਤੇ ਸਾਡੇ ਨਾਲ ਬਹੁਤ ਉਹਨਾਂ ਨੇ ਟਰੱਕੀਆਂ ਨਾਲ ਮਿਲ ਕੇ ਕੰਮ ਕੀਤਾ ਹੈ ਸਾਨੂੰ ਜੋ ਟੈਂਡਰ ਨੇ ਸਾਡੇ ਹੋਰ ਕਿਤੇ ਟੈਂਡਰ ਪੰਜਾਬ ਚ ਕਿਤੇ ਨਹੀਂ ਸਾਡਾ ਸੰਗਰੂਰ ਜ਼ਿਲ੍ਹਾ ਤੇ ਭਵਾਨੀਗੜ੍ਹ ਸਾਨੂੰ ਸਾਡੇ ਟਰੱਕੀਆਂ ਦੇ ਆਪ ਦੇ ਟੈਂਡਰ ਨੇ ਬਾਕੀ ਹੋਰ ਸਾਰੇ ਠੇਕੇਦਾਰਾਂ ਦੇ ਟੈਂਡਰ ਨੇ ਜਿਹੜੇ ਲੋਕਾਂ ਦੀ ਲੁੱਟਾਂ ਕਰ ਰਹੇ ਨੇ ਹਾਲਾਂਕਿ ਜੇ ਟਰੱਕ ਇਨਾਂ ਨੂੰ ਟੈਂਡਰ ਮਿਲਣਾ ਤਾਂ ਇਹ ਸਾਹਮੇ-ਸਾਹਮੇ ਰੇਟ ਤੇ ਵੀ ਕੰਮ ਕਰ ਸਕਦੇ ਨੇ ਠੀਕ ਹੈ ਜਾਨੀ ਕਿ ਆਸ ਬੱਜੀ ਆ ਹੁਣ ਜਿਵੇਂ ਤੁਸੀਂ ਮਿਲ ਰਹੇ ਹੋ ਰਾਜਾ ਬੜਿੰਗ ਨੂੰ ਵੀ ਮਿਲਿਓ ਵਿਜੇਂਦਰ ਸਿੰਘ ਰਾ ਨੂੰ ਪੂਰੀ ਸਮੁੱਚੀ ਕਾਂਗਰਸ ਦੀ ਟੀਮ ਨੂੰ ਮਿਲ ਰਹੇ ਹੋ ਆਸ ਬੱਜੀ ਆ ਤੁਹਾਨੂੰ ਸਾਨੂੰ ਸਾਡੇ ਮੰਤਰੀ ਸਾਹਿਬ ਸਿੰਘਲਾ ਜੀ ਤੇ ਸਾਨੂੰ ਪੂਰਾ ਭਰੋਸਾ ਹੈ ਵੀ ਉਹ ਸਾਡਾ ਕੰਮ ਜ਼ਰੂਰ ਕਰਾਵਣਗੇ ਸਾਨੂੰ ਪੂਰੀ ਪੂਰੀ ਉਮੀਦ ਹੈ ਜੀ ਬਿਲਕੁਲ ਜੀ 100 ਟਰੱਕ ਯੂਨੀਅਨ ਚ ਜੇ ਗੱਲ ਕਰੀਏ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲਬਾਤ ਹੋ ਰਹੀ ਆ ਚਾਹੇ ਕੋਈ ਸ਼ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਨੇ ਚਾਹੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਨੇ ਪਰ ਟਰੱਕ ਆਪਰੇਟਰ ਪਹਿਲਾਂ ਨੇ ਜੋ ਕਹਿ ਰਹੇ ਨੇ ਕਿ ਜੋ ਸਾਡੀਆਂ ਟਰੱਕ ਯੂਨੀਅਨ ਪੰਗ ਕੀਤੀਆਂ ਗਈਆਂ ਸਨ ਉਹਨਾਂ ਨੂੰ ਬਹਾਲ ਕੀਤਾ ਜਾਵੇ ਅਤੇ ਲਗਾਤਾਰ ਮੰਗ ਪੱਤਰ ਦਿੱਤੇ ਜਾ ਰਹੇ ਨੇ ਗੁਰਪ੍ਰੀਤ ਸਖਰੋਦੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ